ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਚੰਡੀਗੜ੍ਹ ਜਾ ਰਹੇ ਨੌਜਵਾਨ ਕਿਸਾਨ ਦੀ ਕੱਟੀ ਗਈ ਲੱਤ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਆਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਚੰਡੀਗੜ੍ਹ ਜਾ ਰਹੇ ਕਿਸਾਨ ਦੀ ਟਰੈਕਟਰ ਦੇ ਟਾਇਰ ਚ ਫਸ ਜਾਣ ਕਾਰਨ ਉਸ ਦੀ ਲੱਤ ਕੱਟੀ ਗਈ ਹਾਸਾ ਇਹਨਾਂ ਦਰਦਨਾਕ ਸਿਕਿਊਜ਼ ਦੀ ਲੱਟ ਟਰੈਕਟਰ ਦੇ ਟਾਇਰ ਤੇ ਲੋਹੇ ਦੀ ਬਾਡੀ ਦੇ ਵਿੱਚ ਕਾਰ ਆ ਗਈ ਅਤੇ ਟਰੈਕਟਰ ਦੀ ਬ੍ਰੇਕ ਲੋਨ ਤੇ ਬੁਰੀ ਤਰ੍ਹਾਂ ਕੱਟੀ ਗਈ ਕਿਸਾਨ ਦਾ ਨਾਮ ਰਵਿੰਦਰ ਸਿੰਘ ਤੇ ਉਸ ਦੀ ਉਮਰ 30 ਸਾਲ ਹੈ ਸਾਥੀ ਕਿਸਾਨਾਂ ਨੇ ਪਹਿਲਾਂ ਰਵਿੰਦਰ ਨੂੰ ਬਾਲਾ ਸ਼ਹਿਰ ਦੇ ਹਲਿੰਗਟਾਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਉੱਥੇ ਮੁੰਡਲੀ ਸਹਾਇਤਾ ਤੋਂ ਬਾਅਦ ਕਿਸਾਨ ਨੂੰ ਮੋਹਾਲੀ ਦੇ 40 ਸ ਹਸਪਤਾਲ ਲਈ ਰੈਫਰ ਕੀਤਾ ਗਿਆ ਉਸ ਦਾ ਹਸਪਤਾਲ ਚੀਲਾ ਚੱਲ ਰਿਹਾ ਹੈ ਦੇਸ਼ਾਂ 40 ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਵਿੰਦਰ ਦੀ ਰਾਤ ਦਾ ਸਫਲ ਆਪਰੇਸ਼ਨ ਕਰ ਦਿੱਤਾ ਗਿਆ ਹੈ ਫਿਲਹਾਲ ਡਾਕਟਰਾਂ ਦੀ ਟੀਮ ਨੇ ਉਸ ਨੂੰ 48 ਕੰਟਿਨਿਨ ਗ੍ਰਾਣੀ ਚ ਰੱਖਿਆ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ